ਅਸਲਾਮੁਅਲੈਕੁਮ ਕੀ ਹਾਲ ਚਾਲ ਨੇ ਸਾਡੇ ਤਮਾਮ ਬਹਿਣ ਭਾਈ ਦੇ ਅੱਲਾਹ ਤਾਲਾ ਦੇ ਫਜ਼ਲ ਤੇ ਕਰਮ ਨਾਲ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਜਿਹੜੇ ਸਾਡੇ ਬਹਿਣ ਭਾਈ ਸਾਡੇ ਚੈਨਲ ਤੇ ਨਵੇਂ ਨੇ ਜਾਂ ਪੁਰਾਣੇ ਜਿਹਨੇ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜਾਂ ਘੰਟੀ ਵਾਲਾ ਬਟਨ ਦਬਾਇਆ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਲਓ ਚਲੋ ਫਾਇਦਾ ਵਲਾ ਕਰਨੇ ਆ ਸਟਾਰਟ ਤੁਸੀਂ ਪਿਛਲੇ ਵਲਾਗ ਵੇਖਿਆ ਹੈਗਾ ਮਹਿਫਿਲ ਮਿਲਾਦ ਦੀ ਫੁੱਲ ਤਿਆਰੀਆਂ ਹੋ ਗਈਆਂ ਨੇ ਕਿ ਬਸ ਹੁਣ ਆਂਟੀ ਪੜਨ ਲੱਗੀ ਆ ਤੇ ਉਧਰ ਨੂੰ ਚਾਚੂ ਨਾਇਕ ਹੋਏ ਮੈਂ ਰਹਿਣਾ ਹੈਗਾ ਦੇਗਾ ਨਾਲ ਨਾਲ ਪਕਵਾਣੀਆਂ ਨੇ ਮਰਚਾ ਵਗੈਰਾ ਤੇ ਕੱਟ ਕੇ ਦਾ ਚੀਜ਼ਾਂ ਕੁੱਟ ਕੇ ਰੱਖ ਲਈਆਂ ਨੇ ਬਸ ਹੁਣ ਜੇ ਚਾਵਲ ਨਹੀਂ ਗਏ ਇਹਨਾਂ ਨੂੰ ਪਲਟਣ ਲੱਗੇ ਲੈ ਆ ਮੰਜੀ ਹਾਂ ਮੰਜੀ ਲੈ ਮੈਂ ਹੁਣੇ ਲੈ ਬਾਕੀ ਮੰਜੀ ਚਾਲ ਹੀ ਹੈਗੀ ਲੈ ਚੱਲਣਾ ਇਹਨੂੰ ਮੂਦਿਆਂ ਪਾ ਕੇ ਤੇ ਇਹਦੇ ਉੱਤੇ ਪਾਣੀ ਵੇਟਣਾ ਹੈਗਾ ਥੱਲੇ ਲੈ ਜਾਵੇ ਫੜੋ ਚਾਚੂ ਜੀ ਪਾਣੀ ਵੇਟ ਲਿਆ ਮੈਂ ਬਾਕੀ ਚਾਵਲਾਂ ਦਾ ਪਾਣੀ ਤੇ ਇਹਨਾਂ ਨੇ ਵੇਟ ਲਿਆ ਹੈਗਾ ਤੇ ਇਹਨੂੰ ਲੈ ਚੱਲਣੇ ਜਾਂ ਕੁਝ ਮੂਦਿਆਂ ਪਾਣੇ ਹੈਲੋ ਛੱਡ ਦੇ ਬਸ ਓਕੇ ਹੋ ਗਿਆ ਤੇ ਹੁਣ ਜਿਹੜੇ ਚਾਵਲ ਨੇ ਇਹਦੇ ਪਾ ਦੇਵਣਗੇ ਉਬਲਦੇ ਪਾਣੀ ਦੇ ਵਿੱਚ ਤੇ ਇਹ ਜਿਹੜੇ ਨੇਗੇ ਉਬਲ ਜਾਵਣਗੇ ਫਿਰ ਇਹਨਾਂ 'ਚ ਮੈਂ ਪਾਣੀ ਨਾਲ ਵੀ ਟਵਾਉਣਾ ਹੈਗਾ ਬਾਕੀ ਇਹਨਾਂ ਨੇ ਮਿਰਚਾਂ ਵਗੈਰਾ ਕੁਤਰ ਲਈਆਂ ਧਨੀਆ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਲਿਆ ਤਾ ਕਿਉਂਕਿ ਸਵੇਰ ਸਵੇਰ ਨਾ ਤਾਜ਼ਾ ਤਾਜ਼ਾ ਧਨੀਆ ਆਇਆ ਸੀਗਾ ਮੈਂ ਕਿਹਾ ਚਲੋ ਲਈ ਜਾਂਦਾ ਜਿੱਥੇ ਨਾ ਵੀ ਲੈ ਗਿਆ ਬਾਕੀ ਚਟਨੀ ਕੁੱਟ ਲਵਾਂਗੇ ਤੇ ਸਵੇਰ ਸਵੇਰ ਸਮਾਂ ਲੱਭੂ ਜਾਣ ਦੀ ਇੱਕ ਬੋਰੀ ਇਹਨਾਂ 'ਚ ਵੇਗੀ ਹੈਗੀ 1800 ਰੁਪਏ ਦੀ ਮੈਨੂੰ ਨਹੀਂ ਪਤਾ ਸੀ ਆਲੂ ਇੰਨੇ ਮਹਿੰਗੇ ਹੋ ਗਏ ਨੇ ਤਾਂ ਅੱਬੂ ਜਾਨ ਨੇ ਬਰੀਕ 20 ਵਾਲੇ ਆਲੂ ਲੈ ਕੇ ਰੱਖੇ ਨੇ ਕਹਿੰਦੇ ਨੇ ਕਿ ਪਹਿਲੇ ਥੋੜ੍ਹਾ ਸੌਦਾ ਕੀਤਾ ਸੀਗਾ ਜਦੋਂ ਆਲੂ ਚੁਗੀ ਰਹੇ ਸੀਗੇ ਉਦੋਂ ਕਿ ਸਾਡੇ ਨਾ ਆਪਣੇ ਜਿਹੜੇ ਨੇਗੇ ਇਲਾਕੇ ਦੇ ਬੰਦੇ ਉਹ ਲੈ ਕੇ ਗਏ ਸੀਗੇ ਤਾਂ ਉਹਨਾਂ ਨੇ ਇਕੱਠੇ ਆਲੂ ਲੈ ਲਏ ਸੀ ਅਤੇ ਹੁਣ ਫਿਰ ਇਹ 1800 ਰੁਪਏ ਦੀ ਜਾਲੀ ਵਿਕਰੀ ਕਹਿ ਰਹੇ ਨੇ ਕਿ ਮੈਂ ਘਰ ਗੱਲੀ ਹੈਗੀ ਹੈ ਤਕਰੀਬਨ 2-3 ਦਿਨਾਂ ਤੱਕ 2600-2700 ਰੁਪਏ ਦੀ ਹੋ ਜਾਣੀ ਹੈ ਜੀ ਬਾਕੀ ਗਰਮ ਪਾਣੀ ਚਾਚੂ ਨਾਈ ਨੇ ਪਾ ਦਿੱਤਾ ਸੀਗਾ ਅਤੇ ਹੁਣ ਵਿੱਚੋਂ ਕੱਢਣ ਲੱਗੇ ਉਸ ਤੋਂ ਬਾਅਦ ਜੇ ਚਾਵਲ ਨੇਗੇ ਦੇਗੇ 'ਚ ਪਾ ਦਿੰਦੇ ਹਾਂ ਚਲੋ ਚਾਚੂ ਨਾਏ ਨਾ ਅੱਛੀ ਤਰ੍ਹਾਂ ਪਾਣੀ ਪਾ ਕੇ ਇਹਨੇ ਪਾਣੀ ਉਲਟਾ ਲੈਂਦਾ ਹੈਗਾ ਉਸ ਤੋਂ ਬਾਅਦ ਇਹਨਾਂ ਨੂੰ ਇਹਦੇ ਵਿੱਚ ਪਾਉਣੇ ਨੇਗੇ ਚਾਵਲ ਇਹਦੇ ਵਿੱਚ ਕਹਿ ਰਹੇ ਨੇਗੇ ਹਾਂ ਦੇਖ ਇਹ ਵੀ ਗਰਮ ਪਾਣੀ ਹੈਗਾ ਉਹ ਵੀ ਗਰਮ ਆ ਗਿਆ ਚਾਹ ਕਾ ਚਾਹ ਰੱਖੋ ਹੁਣ ਕਿਉਂ ਰੱਖਿਆ ਚਾਹ ਹੁਣ ਛੱਡਣਾ ਨਹੀਂ ਨਹੀਂ ਛੱਡਦਾ ਮੇਰਾ ਕੰਮ ਰੋਜ਼ ਦਾ ਕੰਮ ਹੈ ਕਿਹੜਾ ਵੀ ਅੱਲਾ ਮਾਫੀ ਦੇ ਪਿਆ ਪਹਿਲੀ ਵਾਰੀ ਚਾਹ ਨਹੀਂ ਹੁਣ ਫੜੀ ਰੱਖੋ ਨਹੀਂ ਮੋੜ ਰੱਖ ਛੱਡਿਆ ਪਹਿਲੇ ਵਾਲਾ ਪਾਣੀ ਜਿਹੜਾ ਹੈਗਾ ਕੱਢ ਦਿੰਦੇ ਆ ਠੰਡਾ ਤੇ ਹੁਣ ਐਵੇਂ ਉਤੋਂ ਵਿੱਚ ਪਾਣੀ ਹਾਂ ਹੁਣ ਨਵਾਂ ਉਤੋਂ ਵਿੱਚ ਉਹਦੇ ਪਾਵਾਂਗੇ ਤੇ ਉਹ ਵੀ ਪਾਣੀ ਕੱਢਣਾ ਪੈਣਾ ਹੁਣ ਜੀ ਚਾਵਲ ਜਿਹੜੇ ਨੇਗੇ ਦੇ ਕੇ ਪਲਟਾਵਣ ਲੱਗੇ ਨੇਗੇ ਤੇ ਚਾਚੂ ਜਾਨ ਜਿਹੜਾ ਬੁੱਕ ਭਰ ਕੇ ਸੇ ਥੱਲੇ ਸਿੱਟਦੇ ਹੋ ਇਹਦਾ ਕੀ ਮਤਲਬ ਹੈ ਹੈ ਚਾਚੂ ਜੀ ਜਿਹੜਾ ਬੁੱਕ ਭਰ ਕੇ ਥੱਲੇ ਸਿੱਟਦੇ ਹੋ ਇਹਦਾ ਕੀ ਮਤਲਬ ਉਹ ਚਾਰ ਦਾ ਦਿੰਨੇ ਆ ਅਧੀਆ ਅਧੀਆ ਦਿੰਦੇ ਹੋ ਉਹਨਾਂ ਇਹਨਾਂ ਨੇ ਬੁੱਕ ਭਰ ਕੇ ਇਹਦੇ ਥੱਲੇ ਮਾਰਿਆ ਹੈਗਾ ਫਿਰ ਚਾਗ ਦੇ ਇਹ ਮੰਜੇ ਤੋਂ ਇਹਨਾਂ ਨੂੰ ਦੇਖ ਕਹਿੰਦੇ ਪਰ ਵੇਖਿਆ ਐਵੇਂ ਹੀ ਸਿੱਟਦੇ ਨੇ ਕਹਿੰਦੇ ਨੇ ਕਿ ਵੈਸੇ ਸਦਕਾ ਕੱਢਦੇ ਨੇ ਹਾਂ ਸਦਕੇ ਟੈਪ ਹੁੰਦਾ ਹੈਗਾ ਬਾਕੀ ਹੁਣ ਸਾਡੇ ਆਉਂਦਿਆਂ ਤੱਕ ਕੋਈ ਟੈਨਸ਼ਨ ਚਲੋ ਠੀਕ ਹੈ ਕਿਉਂਕਿ ਨਾ ਤੁਹਾਨੂੰ ਦੱਸਿਆ ਹੈਗਾ ਨੂਰ ਦੇ ਜਾਂ ਖੁੱਸਾ ਹੈਗਾ ਉਹ ਇੱਕ ਹੋਰ ਪੈਰ ਆ ਗਏ ਹੋਰ ਆ ਗਏ ਜੇ ਬਦਲਾਉਣਾ ਸੀਗਾ ਲੇਕਿਨ ਹੁਣ ਕਹਿ ਰਹੇ ਨੇ ਕਿ ਉਲਟਾ ਕੇ ਜਾਣਾ ਹੈਗਾ ਬਾਕੀ ਚਾਚੂ ਇਮਰਾਨ ਹੀ ਤੁਹਾਡੇ ਕੋਲ ਹੀ ਹੈਗਾ ਇਹ ਉਲਟਾ ਦੇਵੇ ਲੇਕਿਨ ਚਲੋ ਚਲੋ ਠੀਕ ਹੈ ਉਲਟਾ ਲੈਣਾ ਮੈਂ ਠੀਕ ਚਲੋ ਠੀਕ ਹੈ ਨਾਲ ਤੁਹਾਨੂੰ ਹੀ ਕੰਮ ਦੇਣਾ ਕੀ ਹੁਣ ਫਿਰ ਦੇਖ ਲਾਵਣ ਲੱਗਿਆ ਇਹਦੇ ਮੇਰਾ ਕੀ ਕੰਮ ਹੈ ਅੱਛਾ ਆ ਗਿਆ ਆ ਗਿਆ ਬਾਕੀ ਬਾਪ ਬਹੁਤ ਜ਼ਿਆਦਾ ਹੈ ਗਰਮ ਹੀ ਪਾਣੀ ਬਹੁਤ ਜ਼ਿਆਦਾ ਆ ਗਿਆ ਅਤੇ ਬਾਕੀ ਛੁਆਰੇ ਜਿਹੜੇ ਨੇ ਅੱਛੀ ਤਰ੍ਹਾਂ ਵਿੱਚ ਚੁਗਲੇ ਪਏ ਨੇ ਬਾਕੀ ਪਲੇਟ ਨਾ ਕੱਢਣ ਨਹਿ ਜੀ ਲੱਗ ਰਿਹਾ ਹੈਗਾ ਜਿਵੇਂ ਕੋਈ ਰਬੜ ਦੀ ਚੀਜ਼ ਨਹੀਂ ਹੁੰਦੀ ਤਾਂ ਸਿਲਕ ਜਾਂਦੀ ਹੈਗੀ ਉਸ ਤਰ੍ਹਾਂ ਹੀ ਚੀਜ਼ ਪਹਿਲੇ ਮੈਂ ਸ਼ਹਿਰ ਜਾਵਣ ਲੱਗਿਆ ਸੀ ਲੇਕਿਨ ਅੰਮੀ ਜਾਨ ਨੇ ਮਨਾ ਕਰ ਦਿੱਤਾ ਕਰਨ ਬਾਅਦ ਚਲੇ ਜਾਇਆ ਜੇ ਅਤੇ ਚਾਚੂ ਨਾਈ ਜਿਹੜਾ ਹੈਗਾ ਇੱਧਰ ਚਾਸ ਬਣਾਉਣ ਲੱਗਿਆ
ਇਹ ਮਕੌੜੇ ਵਗੈਰਾ ਜਿਹੜੇ ਇਹਨਾਂ ਨੂੰ ਚੁਕਾ ਲਿਆ ਜੀ ਅੱਛੀ ਤਰ੍ਹਾਂ ਚੋਕ ਕੇ ਤੇ ਇਸ ਦੇ ਅੱਗੇ ਚਾਸ ਬਣਾਉਣ ਲੱਗਣਾ ਇੱਦਾਂ ਉਹਨਾਂ ਨੇ ਘਿਓ ਵਗੈਰਾ ਪਾ ਕੇ ਰੱਖਤਾ ਹੈਗਾ ਘਿਓ ਗਰਮ ਹੋ ਜਾਵੇਗਾ ਕੋਲ ਉਸ ਦੇ ਕੇ ਚਾਸ ਬਣਾ ਕੇ ਫਿਰ ਇੱਧਰ ਪਾ ਦੇਵਣਗੇ ਇਸ ਦੇਗ ਦੇ ਵਿੱਚ ਉੱਤੋਂ ਚਾਵਲ ਪਾ ਦੇਵਣਗੇ ਜਿਹੜੇ ਉਬਲੇ ਪੈ ਨੇਗੇ ਤੇ ਦਮ ਦੇ ਦੇਣਾ ਇਹਨਾਂ ਨੇ चावल हूं उत्ते चास पा दे किन्ने प्यारे चावल लंबे लंबे हूं जी फिर इधर चास कोल स्किंटा तैयार हो जानी इलाची वगैरह पाती है सीने मटर लग गया लाचियां पै रही उत्ते दे लाचियां माशाला जी चास जी है इधर तैयार हो गई है बस उन्होंने उत्ते पानी से देखा सौगियां वगैरह पाती है चास जी गर्म हो गई है जी उन्होंने पलटन लगे ने चटना माशाला चास बिल्कुल तैयार हो गई है मुरबे वगैरा मैं नहीं लाया गया असल लवन जान लगे चाचू नाई ने क्या इस बारी आप सादे ही पकाने बाकी सादे भी ऐसे बड़े मजेदार बना गए क्योंकि सारे जेडे ने ज्यादा आए ते हुण जी समनु दम ही दिप गया है जो दम पटीवेगा उस बाद फिर जेडे सीगे दूसरा कलर वगैरह उते पा देवांगे ते हुण पक्केगी पुलाव दी देर ते मेरा चाचा जेड़ा हैगा बस ठीक है आज सारे ने मैनू ना तंग ही करते पुलाव देख पकान लगे ने गुच्छ जेड़ा है अच्छी तरह धो लिया चाचू नाई जेड़े सारे मसाले पान लगे चाहिए नमक गरम मसाला वगैरह पाते हैं मिर्चा टमाटर सारा कुछ पाते हैं मिर्चा ही सब समझ रह गई है बाकी दादी जान और आए थे उन्होंने पिछे जो जल्दी आई है उन्होंने जाकर उतों दूसरा स्कूलों लेना है तो देगा जड़िया नेगी हाले तक पक रही नेगी जाकर फिर चावल दे आवगा तो चाचू जहाज और नहीं आए ने गे उन्होंने कोई काम होना है इस वजह तो क्योंकि इन्हों आमन नवन उन्होंने जाना होंगे है तो उधरों फिर तुम पता उन्होंने अपने विलाग थोड़ा मसरूफ होने ने इस वजह की पता ना है सारे क्या दसीगा तो खालू जान के जेडे ने समझ लो पेके ही नहीं गए सारे हूँ आ रहे हैं बाकी मामू मेरा हूँ आया है यार अबू जान सुबह बहुत ज्यादा तंग हो तेन सुबह से लाजमी दुकान पर जाना
ਬਾਕੀ ਹੁਣ ਵਾਪਸ ਤਾਂ ਨਹੀਂ ਉੱਧਰ ਜਾਣਾ, ਇੱਥੇ ਰਹਿਣਾ ਮਾਮੀ ਨੂੰ ਇੱਥੇ। ਚਲੋ ਠੀਕ ਹੈ, ਬਾਕੀ ਚਾਚੂ ਨਾਈ ਨੇ ਮੈਂ ਚਾਵਲ ਵੀ ਪਾਰਤੇ ਸੀਗੇ, ਹੁਣ ਮੈਂ ਕੰਮ ਹੀ ਦੇਣ ਲੱਗੇ ਨੇਗੇ, ਜੈਸੇ ਨਮਕ ਵਗੈਰਾ ਘੱਟ ਸੀ ਉਹਨਾਂ ਨੇ ਪੂਰਾ ਕੀਤਾ। अलहमदुलिल्लाह दोनों देगा दे दम हैगा, चाचू नाई खोलन लगे है, जबरदस्त जबरदस्त तैयार हैगा माशाल्लाह। इस वेले मुर्दे वगैरह नहीं पाने, फिर भी बड़ा जबरदस्त तैयार है। ते चाचू नाई साडा इन्ना सच्चा हैगा कि इन्हें दसता है पिछली बार जो इन्होंने देख पकाई सी ना, इन्होंने भी घ्यो कौन ही पाया। इस वे मैं कह रहा है कि पिछली बार घ्यो कौन पाया से, लेकिन सेम जिस घ्यो वाले पक्के में चावल सेम एवें ही पक्के से, कोई जायके डिफरेंट नहीं सी, क्योंकि चाह सी बड़ी वी आई पी बनी। जबरदस्त गोश्त और ज्यादा होता तो और ज्यादा मजेदार बनने से। जी देगा जड़िया ने उत्थे रखन लगे ने, उतो फिर अगे पा के देवे सारे। हूँ जी पुलाल ही देग जड़ी वह भी ले जान लगे ने। हाँ जी तुसी नहीं हो खालां दी जी ड्यूटी लगी हुई हैगी प्लेटां साफ करन, असल ते ना इस उत्ते थोड़ी घणी मिट्टी लगी हुई है ते इह उत्ते साफ करके ला रहे ने। उधर जिहड़ी देगां नहीं गईआं आईआं पईआं नहीं गईआं ते अम्मी जान ने आई, फिर लंगर तकसीम करना पैणा क्योंकि अबू जान इसे वजह तो नहीं आंदे नेगे, उह कहंदे ने औरतां दा मिलाद हैगा, औरतां ने विच लंगर वगैरह लैणा हुंदा हैगा, ते मैं की याद करना हैगा। ते बाकी फिर अम्मी जान ते सारा हुंदा हैगा, बाकी कम मैं करने हुंदे ने ते अम्मी जान ने बस लंगर तकसीम करना हुंदा हैगा। ते पढ़न वाली वास्ते ले जाण लग्गे कि मंजिया जड़िया ने गाट ने गए तो बंदे ज्यादा ने गए, सिवे तो रश पे होया है गया कोई खड़ते हो नहीं गए। बाकी अम्मी के नाल थोड़ी घनी मैं भी हेल्प करा रहा, मैं बूट के चला रहा हूं। बाकी मजेदार बड़े चावल बने ने लंगर जी, बाकी सारे तकसीम करता सीगा, सिर्फ अबू जान और रह गया है तो उन्होंने जाके देना उत्थे नाल दुकाना वाले तकसीम कर देने, खुद भी खा लेंगे तो हम फिर चलेंगे। क्योंकि इतने अबू जान आके लंगर देता है तो हम फिर जान लगे आएंगे। दोस्त आएगा कहता पे उस्ताद तेन पूछ रहे थे कि तू स्कूल क्यों नहीं आता, मैं क्या मैं आ जाऊँगा सुबह परसों तक जावगा क्योंकि हम बाकी देखिए दारा पहुँच के घर वापस मैं आया आ गया। तो खाला जान जी है जी साढ़े झगड़ा करके बैठी है, एवं गलों गलों के नाराज हुई बैठी है, असल तो असं थोड़ा मसरूफ सके तो इन्होंने चावल नहीं खाधे हूँ गुस्से हो बैठी है। ਸਿਰਫ ਉਹਨਾਂ ਨੇ ਔਰਤਾਂ ਨੂੰ ਚਾਵਲ ਨੇ ਤਕਸੀਮ ਕੀਤੇ ਨੇ ਤੇ ਹੁਣ ਗੁੱਸਾ ਕਰਕੇ ਬੈਠੇ ਨੇ, ਚਾਵਲ ਨਹੀਂ ਖਾਦੇ ਠੰਡੇ ਹੋ ਗਏ, ਮੈਂ ਖਾਣੇ ਨਹੀਂ ਕੁਛ ਹੈ ਨਾ ਕੋ ਜਿਹੜੀ ਤੁਹਾਡੀ ਬਾਜੀ ਸੁਣੀ ਆ ਚਾਵਲ ਹੀ ਮੈਂ ਦਿੱਤੇ ਨੇ ਕਹਿ ਰਹੀ ਮੈਂ ਨਹੀਂ ਖਾਊਂ, ਹੁਣ ਖਾ ਲਓ ਖਾ ਲਓ ਖਾ ਲਾ ਖਾ ਲਓ ਖਾ ਲਓ ਮੰਨ ਗਿਆ ਚਲੋ ਹੁਣ ਹੁਣ ਮੈਂ ਵਲੌਗ ਅਪਲੋਡ ਕਰਨਾ ਦੱਸ ਰਿਹਾ ਖਾ ਲਓ ਖਾ ਲਓ ਕਰਨਾ ਤਾਂ ਮੈਂ ਵਲੌਗ ਅਪਲੋਡ ਕਰਾਂਗਾ, ਮਜ਼ਾਕ ਤੇ ਲਾਵਾ ਖਾ ਲਓ ਖਾ ਲਓ हूँ असि तेन तुम कुछ किया है तुम पता है मैं सुबह ला तो खुद मसरूफ सीगा, चलो खाओ
असल जो मेहमान आए ने ना उन्होंने खुद कट के खाए ने गे चावल लपेट के रख दिया ने बाकी अगली बारी तो मिलाद कराना अम्मी जान बंदे दे नाल करावांगे डबल डबल करा लवा इतनी जगह नहीं सी तुसी वेख्या एक मंजी इत्थे पई एक उत्थे पई हां असी सारे दिन कल जेड़ा बच्चे सारे ला के मिट्टी सट्टी हां इन्हां नूं पता ही हैगा कल हां जेड़ी फसल है ना सामने जेड़ी कटी जावे ओ कटी जानी हैगी अस्पताल वगैरह कटी है मरदा दा जेड़ा महफिल मिलाद है ओ जरूर करावा इंशाल्लाह अगले महीने वेखी जावे नाले जेड़ा हुजूर पाक है पड़ जेड़ी चलो अज सू घुमा फिरा लो मैं चलो तुम घुमा फिरा लेना आ गया पहले तो मैं नावन लगे सुबह अलग रात नाता भी सीगा लेकिन सुबह सुबह फिर काम काज किते ने उलिए क्योंकि जल्दी जल्दी नाल ना उस तो बाद फिर मुलाकात होगी बाकी हूँ फिर मेहमाना दरिया रावी तो घुमावन फिरावन जावन लगे लेकिन मेरे मोबाइल की बैटरी नहीं हैगी अम्मी जाने वाले चैनल से जा लाजमी जाके ना वेख लेना उधर विलाग हूँ फिर असं उधर जाने लगे मोबाइल घर चार्ज ला के जावगा तो उधर आके फिर विलाग अपलोड करना तो उधर आके फिर पर्ची छेकेंगे मेहमानों जी घुमा फिरा के लैके आ गए अब बड़ा मजा आएगा अम्मी जान और चैनल ते जा लाजमी वेखना है बाकी मैं उन्होंने पर्ची चेकन लगे मैं नींद बहुत ज्यादा आई खुद एक तो सर्दी बहुत ज्यादा सी चकने एक आप देखने फिर कहता आंदा है यही चल रहा बाकी हैगा जी शायद विलेज लाइफ इन्होंने तुम दसा कहता है शायद विलेज लाइफ यह है चाचू मिस्त्री का जो सा काम से लगा रहा है तो मुबारकबाद चाचू जान तुम मैं स्पैशल उन्होंने अब मुबारक दिना यह बस उन्होंने मैं कहता से दुआ करो ता निकल जाए तो अज उन्हों का निकल गया उत्ते चैनल तो उन्होंने लोगों ही आ गए लाजम जाकर उन्होंने चैनल सबसक्राइब करना बाकी यह जहाँ भी लोग साढ़ा आता तो खत्म तुम अच्छा लगे साढ़े चैनल सबसक्राइब कर दे वीडियो लाइक कर दे दोस्त शेयर कर दे जे अल्लाह हाफिज चाची काम को इन्होंने भी किए ने उस तो बाद क्योंकि लाइटा वगैरह सीखेंगे उमें सारी ना लगे होने सजावट तो यह होना समझ लो कि सुबह मेरी ड्यूटी होनी है सब तो पहले लाइनिया ने उस बाद फिर दरिया वगैरह भी जाके दे आनिया ने मेहमान जो उन्होंने सुबह चलिया जाना है बाकी अल्लाह हाफिज़।